ਜਿਹੜੇ ਅੱਜ ਖੁਰਦਪੁਰ ਖੇਤਾਂ ਦੇ ਵਿੱਚੋਂ ਗੁਬਾਰਾ ਮਿਲਿਆ ਕੀ ਹੈਗਾ ਸਾਰਾ ਮਾਮਲਾ ਇਹ ਗੁਬਾਰਾ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਕੋਈ ਗੁਬਾਰਾ ਆਇਆ ਉੱਤੇ ਪਾਕਿਸਤਾਨ ਵਗੈਰਾ ਕੁਝ ਲਿਖਿਆ ਅਸੀਂ ਆਏ ਸੀ ਤਾਂ ਇੱਕ ਪੈਕਿੰਗ ਵਾਲਾ ਪੋਲੀਥੀਨ ਦਾ ਰੈਪਰ ਆ ਤਕਰੀਬਨ 2 ਫੁੱਟ ਦਾ ਉਹ ਦੋਨੇ ਪਾਸਿਆਂ ਤੋਂ ਉਹਨੂੰ ਧਾਗੇ ਨਾਲ ਗੱਠ ਮਾਰੀ ਉਹ 'ਚ ਹਵਾ ਭਰੀ ਆ ਅਤੇ ਉਹਦੇ 'ਤੇ ਆਈ ਲਵ ਪਾਕਿਸਤਾਨ ਲਿਖਿਆ ਬਾਕੀ ਉਹਨੂੰ ਵੈਰੀਫਾਈ ਕਰਦੇ ਹਾਂ ਕਿੱਦਾਂ ਹੋ ਸਕਦਾ ਕਿੱਥੋਂ ਆਇਆ ਕੀ ਉਹਦੇ 'ਚ ਉਰਦੂ 'ਚ ਕੀ ਲਿਖਿਆ ਹੋਇਆ ਉਹ ਪੜ੍ਹਾ ਲੈਂਦੇ ਹਾਂ ਕਿਸੇ ਕੀ ਲੱਗ ਕੀ ਰਿਹਾ ਵੈਸੇ ਜੇ ਮੁੱਢਲੀ ਇਨਵੈਸਟੀਗੇਸ਼ਨ 'ਚ ਤੁਹਾਨੂੰ ਕੀ ਲੱਗ ਰਿਹਾ ਹੈਗਾ ਫਿਲਹਾਲ ਮੁੱਢਲੀ ਇਨਵੈਸਟੀਗੇਸ਼ਨ ਤਾਂ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਇੰਨੀ ਦੂਰੋਂ ਗੁਬਾਰਾ ਉੱਡ ਕੇ ਇੱਥੇ ਤੱਕ ਆਉਣਾ ਬਹੁਤ ਇੰਪੋਸੀਬਲ ਹੈ ਜੇ ਆਪਾਂ ਕਹੀਏ ਪਾਕਿਸਤਾਨ ਤੋਂ ਆ ਗਿਆ ਤਾਂ ਪੋਸੀਬਲ ਹੀ ਹੈ ਨਹੀਂ ਗਾ ਕਿਉਂਕਿ ਜੇ ਗੈਸੀ ਗੁਬਾਰਾ ਵੀ ਹੋਵੇ ਉਹ ਵੀ ਕੁਛ ਕਿਲੋਮੀਟਰ ਜਾ ਕੇ ਬਹਿ ਜਾਂਦਾ ਇਹ ਤਾਂ ਕਿਸੇ ਨੇੜੇ ਤੇੜਿਓਂ ਕਿਸੇ ਨੇ ਸਟਾਨੀ ਕੀਤੀ ਹੈ ਵੀ ਉਹਦੇ 'ਚ ਹਵਾ ਭਰ ਕੇ ਅਤੇ ਉਹਨੂੰ ਹਵਾ ਚੜਾਇਆ ਜਿਹੜਾ ਇੱਥੇ ਏਅਰਬੇਸ ਵੀ ਲੱਗੇ ਹੈਗਾ ਕਿ ਲੱਗਦਾ ਨਹੀਂ ਕਿ ਇਸੇ ਕਰਕੇ ਵੈਰੀਫਾਈ ਕਰਾਂਗੇ ਨਾ ਸਾਰਾ ਏਅਰਬੇਸ ਫੀਲਡ ਲੱਗੇ ਇਸੇ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਾਂਗੇ ਵੀ ਕੀ ਹੋ ਸਕਦਾ ਹੈ ਕਿਸੇ ਦੀ ਸ਼ਰਾਰਤ ਆ ਜਾਂ ਕਿਵੇਂ ਆ ਉਹ ਸਾਰਾ ਅਸੀਂ